ਫਾਜ਼ਿਲਕਾ ਦੇ ਵਿੱਚ ਕਰੋਨਾ ਪੀੜਿਤ ਲੋਕਾਂ ਦੀ ਮੌਤ ਤੋਂ ਬਾਅਦ ਸੰਕਲਪ ਜਨਸੇਵਾ ਸੁਸਾਇਟੀ ਕਰਵਾ ਰਹੀ ਹੈ ਅੰਤਿਮ ਸੰਸਕਾਰ। ਅੱਜ 3 ਲੋਕਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸੁਸਾਇਟੀ ਵੱਲੋਂ ਦਿੱਤਾ ਗਿਆ ਸਹਿਯੋਗ। ਫਾਜ਼ਿਲਕਾ ਦੇ ਵਿੱਚ ਕਰੋਨਾ ਦੇ ਨਾਲ ਪੀੜਿਤ ਲੋਕਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫਾਜ਼ਿਲਕਾ ਦੇ ਵਿੱਚ ਕਰੋਨਾ ਦੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਸੰਕਲਪ ਜਨਸੇਵਾ ਸੁਸਾਇਟੀ ਵੱਲੋਂ 3 ਲੋਕਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਗਿਆ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੰਕਲਪ ਜਨਸੇਵਾ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਪਿਛਲੇ ਕਈ ਦਿਨਾਂ ਤੋਂ ਕਰੋਨਾ ਪੀੜਿਤ ਲੋਕਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਆਪਣਾ ਸਹਿਯੋਗ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਉਹ ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੇ ਰਹੇ ਹਨ, ਲੇਕਿਨ ਹੁਣ ਕਰੋਨਾ ਦੇ ਦੌਰ ਦੇ ਵਿੱਚ ਉਹਨਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਅਤੇ ਅੰਤਿਮ ਸੰਸਕਾਰ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ 3 ਲੋਕਾਂ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ ਅਤੇ ਆਪਣਾ ਸਹਿਯੋਗ ਵੀ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਪੀਪੀ ਕਿੱਟ ਪਾ ਕੇ ਉਹਨਾਂ ਦੇ ਵਲੰਟੀਅਰ ਅੰਤਿਮ ਸੰਸਕਾਰ ਕਰਵਾਉਂਦੇ ਹਨ ਅਤੇ ਪਰਿਵਾਰਕ ਸਦੱਸਿਆਂ ਨੂੰ ਪੂਰੀ ਗਾਈਡਲਾਈਨ ਦਿੱਤੀ ਜਾਂਦੀ ਹੈ। ਹਾਂਜੀ ਸਰ ਜੀ, ਮੇਰਾ ਨਾਮ ਜਸਵਿੰਦਰ ਸਿੰਘ ਬਿੱਟੂ ਹੈ ਜੀ। ਆਪਣਾ ਸੰਕਲਪ ਜਨ ਸੇਵਾ ਸੁਸਾਇਟੀ ਫਾਜ਼ਿਲਕਾ ਰਜਿਸਟਰਡ ਬੋਡੀ ਹੈ ਜੀ ਆਪਣੀ। ਅੱਜ ਜੀ ਇਹ ਤੀਸਰਾ ਸੰਸਕਾਰ ਹੋ ਗਿਆ ਜੀ, 2 ਐਸ਼ੀਪੁਰ 'ਚ ਹੋ ਗਿਆ ਜੀ, 1 ਉੱਧਰ ਆਪਣਾ ਉਹ ਆਬਾਦੀ ਸਲੇਮਸ਼ਾਲ ਉੱਧਰ ਹੋ ਗਿਆ ਜੀ, ਤੀਸਰਾ ਹੋ ਗਿਆ ਜੀ ਸੰਸਕਾਰ ਜੀ। ਬਟ ਫਿਰ ਵੀ ਇਹ ਤਾਂ ਇੱਕ ਸੰਸਾਰ ਹੈ ਜੀ, ਜੋ ਬਣਿਆ ਉਹਨੇ ਇੱਕ ਦਿਨ ਢਹਿਣਾ ਹੈ ਜੀ। ਸਰੀਰ ਤਾਂ ਫਿਰ ਵੀ ਸਰਵਨਾਸ਼ ਹੈ ਜੀ, ਇਹਦਾ ਨਾਸ਼ ਤਾਂ ਹੋ ਹੀ ਜਾਣਾ ਜੀ। ਉਹ ਕਰੋਨਾ ਬਹਾਨੇ ਹੋ ਜੇ ਭਾਵੇਂ ਕਿਸੇ ਬਹਾਨੇ ਹੋ ਜੇ ਜੀ, ਠੀਕ ਹੈ ਜੀ। ਅਤੇ ਸੇਵਾ ਵੀ ਅੱਜ ਇੱਕ ਜ਼ਰੂਰੀ ਹੈ ਜੀ। ਇਹ ਸਾਰਾ ਜੋ ਵੀ ਚੱਲ ਰਿਹਾ, ਜਿਹਨੂੰ ਆਪਾਂ ਨਹੀਂ ਸੰਭਾਲਾਂਗੇ ਤਾਂ ਕੌਣ ਸੰਭਾਲੇਗਾ ਜੀ? ਸਵਾਸਥ ਵਿਭਾਗ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਤੁਹਾਡੀ ਸੰਸਥਾ ਨੂੰ? ਹੈਲਥ ਡਿਪਾਰਟਮੈਂਟ ਵੱਲੋਂ ਸਾਨੂੰ ਪੂਰਾ ਸਹਿਯੋਗ ਕੀਤਾ ਜਾ ਰਿਹਾ ਜੀ। ਸਾਨੂੰ ਟੋਟਲ ਪੀਪੀ ਕਿੱਟ ਪ੍ਰੋਵਾਈਡ ਕਰਾਈ ਜਾ ਰਹੀ ਹੈ, ਸੈਨੇਟਾਈਜ਼ਰ, ਈਵਨ ਕਿ ਸਾਨੂੰ ਸਾਰੀ ਜੋ ਮੈਡੀਸਨ ਹੈ ਜਿਹੜੀ ਕਿ ਅਸੀਂ ਇਹਦੇ ਵਾਸਤੇ ਖਾਂਦੇ ਹਾਂ, ਇਮਿਊਨਿਟੀ ਵਾਸਤੇ ਡੀ ਸੀ, ਸਾਰਾ ਜੋ ਵੀ ਵਿਟਾਮਿਨ, ਮਲਟੀ ਵਿਟਾਮਿਨ, ਹਰ ਤਰ੍ਹਾਂ ਸਾਨੂੰ ਸਹਿਯੋਗ ਕੀਤਾ ਜਾਂਦਾ ਜੀ ਉਹਨਾਂ ਵੱਲ ਜੀ। ਕੀ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਸ਼ਹਿਰ ਵਾਸੀਆਂ ਨੂੰ? ਸ਼ਹਿਰ ਵਾਸੀਆਂ ਨੂੰ ਮੇਰਾ ਇਹ ਮੈਸੇਜ ਹੈ ਜੀ ਕਿ ਇਹ ਜਿਹੜੀ ਵਬਾ ਮਹਾਂਮਾਰੀ ਆਈ ਹੈ, ਇਹਦੇ ਤੋਂ ਬਚੋ ਅਤੇ ਵੱਧ ਤੋਂ ਵੱਧ ਘਰ 'ਚ ਹੀ ਸਟੇਅ ਕਰੋ। ਅਤੇ ਹੁਣ ਜਿਵੇਂ ਸੁਣ ਰਹੇ ਹਾਂ ਟੀ ਵੀ ਦੇ ਮੁਤਾਬਕ, ਤੀਜੀ ਲਹਿਰ ਬੱਚਿਆਂ 'ਤੇ ਛੋਟਿਆਂ 'ਤੇ ਅਸਰ ਹੈ ਵੀ ਬਿਨਾਂ ਕੰਮ ਤੋਂ ਵੀ, ਈਵਨ ਕਿ ਮੈਂ ਤਾਂ ਕਹਿੰਦਾ ਜੇ ਕੰਮ ਵੀ ਹੈ ਨਾ ਤਾਂ ਉਹਨੂੰ ਵੀ ਤੁਸੀਂ ਸਾਰੋ ਘਰ ਬੈਠ ਕੇ, ਵੀ ਬਾਹਰ ਨਾ ਆਓ ਤਾਂ ਜੋ ਅਸੀਂ ਇਹਦੇ ਤੋਂ ਬਚੀਏ। ਕੀ ਕਹੋਗੇ ਸੰਕਲਪ ਜਨਸੇਵਾ ਵੱਲੋਂ ਤੁਹਾਡਾ ਮਦਦ ਕੀਤੀ ਗਈ? ਸਾਡੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ, ਸਾਡਾ ਸਹਿਯੋਗ ਦਿੱਤਾ ਔਰ ਸਹੀ ਟਾਈਮ 'ਤੇ ਸਹੀ ਵਕਤ 'ਤੇ। ਮਹਾਂਮਾਰੀ ਦੇ ਇਸ ਦੌਰ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਇਸ ਦੁੱਖ ਘੜੀ ਦੇ ਵਿੱਚ ਇਹਨਾਂ ਨੇ ਸਾਡਾ ਪੂਰਾ ਐਂ ਵਧੀਆ ਸਹਿਯੋਗ ਦਿੱਤਾ ਔਰ ਇਹ ਜਿਹੜੀ ਮਹਾਂਮਾਰੀ ਚੱਲੀ ਹੈ ਇਸ ਤੋਂ ਜਿੰਨਾ ਵੀ ਹੋ ਸਕੇ ਸਾਵਧਾਨੀ ਨਾਲ ਇਸ ਤੋਂ ਆਪਦੇ ਆਪ ਨੂੰ ਬਚਾਅ ਕੀਤਾ ਜਾਵੇ। ਵਾਰ ਵਾਰ ਮੈਂ ਕਹਿ ਰਿਹਾ ਇਸ ਦਾ ਦੁੱਖ ਅਸੀਂ ਨਹੀਂ ਚੜ ਸਕਦੇ ਔਰ ਸਾਰਿਆਂ ਨੂੰ ਅਸੀਂ ਇਹੀ ਸੰਦੇਸ਼ ਦਿੰਦੇ ਜਿੰਨਾ ਵੀ ਬਚ ਸਕੇ ਬਚ ਤੋਂ ਬਚ।